ਅਸਲਾਮ ਵਾਲੇਕਮ ਜੀ ਮੈਂ ਤੁਹਾਡਾ ਆਪਣਾ ਵੈਸ ਕਮਨ ਸਿਆਲ ਕੋਟੀ ਵੇਖਣ ਵਾਲੇ ਸਾਰਿਆਂ ਦਾ ਕੀ ਹਾਲ ਹੈ ਠੀਕ ਠਾਕ ਹੋ ਸਭ ਖੈਰ ਹੋ ਰਫੀਅਤ ਹੈ ਅੱਜ ਪਿੰਡ ਵੀਰਵਾਲੇ ਬੈਠੇ ਆ ਇਹ ਤਹਿਸੀਲ ਡਸਕੇ ਦੇ ਏਰੀਆ ਦੇ ਵਿੱਚ ਵੀਰਵਾਲਾ ਚੇਅਰਮੈਨ ਗੁਲਾਮ ਨਵੀ ਸਾਹਿਬ ਦਾ ਪੋਤਰਾ ਫੋਤ ਹੋ ਗਿਆ ਅੱਲਾ ਪਾਕ ਦੀ ਜ਼ਾਤ ਨੇ 8 ਸਾਲਾਂ ਬਾਅਦ ਪੋਤਰਾ ਦਿੱਤਾ ਅੱਲਾ ਦੀ ਰਜ਼ਾ ਸੀ ਅੱਲਾ ਦੀ ਅਮਾਨਤ ਸੀ ਤੇ ਅਮੇ ਨਮੂਨੀ ਆਇਆ ਫੌਤ ਹੋ ਗਿਆ ਦੁਆ ਕਰਨਾ ਅੱਲਾ ਉਹਦੇ ਵਾਲਦਿਆਂ ਨੂੰ ਸਬਰ ਦੇ ਅੱਜ ਵੀਰ ਆਲੇ ਆਏ ਸਾਂ ਇਕੱਠ ਹੋਇਆ ਸੀ ਬੜੀ ਵੱਡੀ ਗੈਦਰਿੰਗ ਸੀ ਚੇਅਰਮੈਨ غلام نبی ਸਾਹਿਬ ਦਾ ਮਾਸ਼ਾਅੱਲਾ ਬੜਾ ਅੱਛਾ ਨਾਂ ਬੜਾ ਅੱਛਾ ਤਾਰਫ਼ ਬੜੀ ਅੱਛੀ ਪਛਾਣ ਤੇ ਉਹ ਮੇਰੇ ਨਾਨਾ ਜੀ ਲੱਗਦੇ ਨੇ ਤੇ ਇੱਥੇ ਬੈਠੇ ਅਸਾਂ ਤੇ ਚੌਰੀ ਤੌਹੀਦ ਸਿੰਧੂ ਸਾਹਿਬ ਦੇ ਨਾਲ ਸਾਡੀ ਮੁਲਾਕਾਤ ਹੋਈ ਇਹਨਾਂ ਦਾ ਪੂਰਾ ਨਾਂ ਚੌਰੀ ਤੌਹੀਦ ਖਾਲਦ ਸੰਧੂ ਹੈ ਕੀ ਸੰਧਵਾ ਤੋਂ ਜਨਾਬ ਦਾ تعلق ਹੈ ਇਹਨਾਂ ਦੇ ਵਾਲਦ ਸਾਹਿਬ ਸਿਆਸੀ ਆਦਮੀ ਸਮਾਜੀ ਆਦਮੀ ਮਿਲਨਸਾਰ ਔਰ ਬੜੇ ਅچھے اخلاق ਦੇ ਮਾਲਕ ਸਨ ਫੌਤ ਹੋ ਗਏ ਨੇ ਅੱਲਾ ਗਰੀਕ ਰਹਿਮਤ ਕਰੇ ਬੜੀ ਸੋਹਣੀ ਉਹਨਾਂ ਦੀ ਪਹਿਚਾਨ ਸੀ ਬਲਕਿ ਅੱਜ ਵੀ ਪਹਿਚਾਨ ਉਹਨਾਂ ਦੀ ਹੈ ਵੀ ਕਿਉਂਕਿ ਉਹਨਾਂ ਦੇ ਬੇਟੇ ਉਹਨਾਂ ਦੀ ਪਹਿਚਾਨ ਨੂੰ ਜ਼ਿੰਦਾ ਰੱਖੀ ਬੈਠੇ ਨੇ ਜਨਾਬ ਚੌਰੀ ਤੌਹੀਦ ਖਾਲਦ ਸੰਧੂ ਸਾਹਿਬ ਨੇ ਵੀ ਸਿਆਸਤ ਦੇ ਵਿੱਚ ਕਦਮ ਰੱਖਿਆ ਤੇ ਮਾਸ਼ਾਅੱਲਾ ਜਿਵੇਂ ਉਹਨਾਂ ਦੇ ਬਾਪ ਦਾ ਇੱਕ ਅੱਛਾ ਕਿਰਦਾਰ ਅੱਛਾ ਨਾਮ ਅੱਛੀ ਪਹਿਚਾਨ ਸੀ ਤੇ ਆਪਣੇ ਬਾਪ ਦੇ ਨਾਮ ਨੂੰ ਜ਼ਿੰਦਾ ਰੱਖਦਿਆਂ ਹੋਇਆ ਉਸੇ ਤਰ੍ਹਾਂ ਹੀ ਬਲਕਿ ਕੋਸ਼ਿਸ਼ ਕੀਤੀ ਕਿ ਆਪਣੇ ਬਾਪ ਦੇ ਨਾਮ ਨੂੰ ਮਜ਼ੀਦ ਮਜ਼ੀਦ ਇੱਜ਼ਤ ਦੇਣ ਦੀ ਕੋਸ਼ਿਸ਼ ਕੀਤੀ ਅੱਲਾਹ ਪਾਕ ਦੀ ਜ਼ਾਤ ਉਹਨਾਂ ਨੂੰ ਗ਼ਰੀਬੇ ਰਹਿਮਤ ਕਰੇ ਇਹਨਾਂ ਨੂੰ ਮਜ਼ੀਦ ਤਰਕੀਆਂ ਦੇ ਕਾਮਯਾਬੀਆਂ ਦੇ ਮੇਰੀ ਅੱਜ ਇਤਫਾਕਨ ਚੌਹਤ ਸਾਹਿਬ ਨਾਲ ਪਹਿਲੀ ਮੁਲਾਕਾਤ ਹੋਈ ਹੈ ਉਥੇ ਬੈਠਿਆ ਹੀ ਚੌਰੀ ਗੁਲਾਮ ਨਵੀ ਚੇਅਰਮੈਨ ਸਾਹਿਬ ਦੇ ਨਾਲ ਨਾ ਹੰજરા ਸਾਹਿਬ ਨੂੰ ਮੈਂ ਪੁੱਛਿਆ ਕਿ ਜਨਾਬ ਦਾ ਤਾਰਫ ਕੀ ਇਹ ਵਾਲਾ ਉਹਨਾਂ ਤਾਰਫ ਕਰਾਇਆ ਨਾ ਜਦੋਂ ਇਹਨਾਂ ਦੇ ਵਾਲਦ ਸਾਹਿਬ ਦਾ ਤੇ ਯਕੀਨ ਕਰੋ ਮੇਰਾ ਦਿਲ ਕੀਤਾ ਕਿ ਇਸ ਤਰ੍ਹਾਂ ਦੇ ਬੰਦੇ ਦੇ ਨਾਲ ਮੈਂ ਬਹਿ ਕੇ ਗੱਲਬਾਤ ਕਰਾਂ ਔਰ ਮੈਂ ਬਹਿ ਕੇ ਵੀਡੀਓ ਬਣਾਵਾਂ ਇੱਕ ਐਸੇ ਅچھے ਇਨਸਾਨ ਦਾ ਬੇਟਾ ਔਰ ਮਾਸ਼ੱਲਾ ਜੀ ਜਦੋਂ ਬਹਿ ਕੇ ਗੱਪਸ਼ਪ ਲਾਈਏ ਥੋੜਾ ਜਿਹਾ ਅਸੀਂ ਇੱਕ ਦੂਜੇ ਦੇ ਨਾਲ ਖਿਆਲਾਂ ਦਾ ਇਜ਼ਹਾਰ ਕੀਤਾ ਹੈ ਤੇ ਯਕੀਨ ਕਰੋ ਮਜ਼ਾ ਆ ਗਿਆ ਕੁਝ ਮਹਿਫਲੇ ਐਸੀਆਂ ਹੁੰਦੀਆਂ ਨੇ ਕਿ ਉਹਨਾਂ ਨੂੰ ਯਾਦ ਨਹੀਂ ਕਰਨਾ ਪੈਂਦਾ ਉਹ ਆਪੇ ਯਾਦ ਰਹਿ ਜਾਂਦੀਆਂ ਨੇ ਕੁਝ ਜੀ ਐਸੇ ਹੁੰਦੇ ਨੇ ਕਿ ਉਹਨਾਂ ਨੂੰ ਇੰਜ ਕਹਿ ਲੋ ਕਿ ਫੁੱਲਾਂ ਨੂੰ ਅਤਰ ਲਾਣ ਵਾਲੀ ਗੱਲ ਹੁੰਦੀ ਹੈ ਕਿ ਫੁੱਲਾਂ ਨੂੰ ਅਤਰ ਦੀ ਜ਼ਰੂਰਤ ਹੀ ਨਹੀਂ ਹੁੰਦੀ ਕੁਝ ਜੀ ਐਸੇ ਹੁੰਦੇ ਨੇ ਕਿ ਜਿਹੜੇ ਆਲਰੇਡੀ ਫੁੱਲ ਹੁੰਦੇ ਨੇ ਉਹਨਾਂ ਨੂੰ ਮਜ਼ੀਦ ਖੁਸ਼ਬੂਦ ਦੀ ਜ਼ਰੂਰਤ ਨਹੀਂ ਹੁੰਦੀ ਉਹਨਾਂ ਫੁੱਲਾਂ ਦੇ ਵਿੱਚੋਂ ਚੌਰੀ ਤੌਹੀਦ ਖਾਲਦ ਸੰਧੂ ਸਾਹਿਬ ਨੇ ਕਿ ਸਿੰਧਵਾ ਸਿੰਧਵਾ ਤੋਂ ਜਨਾਬ ਦਾ ਤਲਾਕ ਇੱਕ ਮਾਸ਼ਾਅੱਲਾ ਅੱਗੇ ਇਹ ਬੜੀ ਅੱਛੀ ਪਹਿਚਾਨ ਹੈ ਜਿਨੇ ਵੇਖਣ ਵਾਲੇ ਨੇ ਉਹਨਾਂ ਸਾਰਿਆਂ ਨੂੰ ਮੈਂ ਆਖਾਂਗਾ ਕਿ ਇਸ ਤਰ੍ਹਾਂ ਦੇ ਨਫੀਸ ਔਰ ਮਖਲਿਸ ਇਨਸਾਨ ਦੀ سپورਟ ਕਰੋ ਯਕੀਨਨ ਅੱਲਾਹ ਪਾਕ ਦੀ ਜ਼ਾਤ ਇਹਨਾਂ ਨੂੰ ਕਾਮਯਾਬ ਵੀ ਕਰੇਗਾ ਲੇਕਿਨ ਤੁਹਾਡੇ ਸਾਰੇ ਭਰਾਵਾਂ ਦੀ سپورਟ ਦੇ ਨਾਲ ਆਪਣਾ ਬੜਾ ਸਰਾ ਖਿਆਲ ਰੱਖਿਓ